हां जी दोस्तों बिजली बिलਾਂ ਬਾਰੇ ਵੱਡੀਆਂ ਅਪਡੇਟ ਆਈਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਤੇ ਜਾਣਾ ਇੱਥੇ ਜਾਣ ਤੋਂ ਬਾਅਦ ਤੁਸੀਂ ਅਪਡੇਟ ਦੇਖ ਸਕਦੇ ਹੋ ਪੀਐਸਪੀਸੀਐਲ ਨੇ ਦੋ ਵੱਡੀਆਂ ਅਪਡੇਟ ਕੀਤੀਆਂ ਨੇ ਤਾਂ ਇਹਦੇ ਵਿੱਚ ਪਹਿਲੀ ਆ ਕਿ ਜਿਨ੍ਹਾਂ ਦਾ ਬਿੱਲ 20000 ਤੋਂ ਉੱਪਰ ਆਉਂਦਾਗਾ ਤਾਂ ਉਹਨਾਂ ਨੂੰ ਹੁਣ ਲਾਜ਼ਮੀ ਕਰ ਦਿੱਤਾ ਹੈ ਕਿ ਉਹਨਾਂ ਨੂੰ ਬਿੱਲ ਆਨਲਾਈਨ ਹੀ ਭਰਨਾ ਪਵੇਗਾ ਤੇ ਤੁਸੀਂ ਜਿਹੜਾ ਬਿੱਲ ਆਫਲਾਈਨ ਨਹੀਂ ਭਰ ਸਕਦੇ ਤਾਂ ਇਹਦੇ ਵਿੱਚ ਮੋਡਿਟਰੀ ਕਰ ਦਿੱਤਾ ਹੈਗਾ ਪੀਐਸਪੀਸੀਐਲ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਦੋਂ ਬਿੱਲ ਆਨਲਾਈਨ ਭਰਦਿਆਂ ਤੋਂ ਉਸ ਤੋਂ ਬਾਅਦ ਆਪਾਂ ਦੇਖਦੇ ਹੁੰਨੇ ਆ ਕਿ ਆਪਾਂ ਪੁਰਾਣੇ ਬਿੱਲ ਚੈੱਕ ਕਰਦੇ ਹਾਂ ਰਸੀਦਾਂ ਚੈੱਕ ਕਰਦੇ ਹਾਂ ਤਾਂ ਉਹਦੇ ਵਿੱਚ ਹੁਣ ਕੀ ਹੈਗਾ ਤੁਹਾਡਾ ਇਹਦੇ ਵਿੱਚ ਅਕਾਊਂਟ ਬਣਿਆ ਹੁੰਦਾ ਹੈਗਾ ਅਕਾਊਂਟ ਬਣਨ ਤੋਂ ਬਾਅਦ ਜਦੋਂ ਆਪਾਂ ਲੌਗਇਨ ਕਰਦੇ ਹਾਂ ਤਾਂ ਉੱਥੇ ਆਪਾਂ ਵਿਊ ਬਿੱਲ ਦੇਖ ਉੱਥੇ ਕੀ ਹੈ ਹੁਣ ਲਾਜ਼ਮੀ ਕਰ ਦਿੱਤਾ ਹੈ ਕਿ ਤੁਹਾਡਾ ਉੱਥੇ ਹੁਣ অথেন্টিਕੇਸ਼ਨ ਹੋਵੇਗਾ ਫੇਰ ਹੀ ਦੇਖ ਸਕਦੇ ਹੋ ਅਦਰਵਾਇਜ਼ ਤੁਸੀਂ ਪੁਰਾਣੇ ਬਿੱਲ ਜਿਹੜੇ ਨਹੀਂ ਚੈੱਕ ਕਰ ਸਕਦੇ ਉੱਥੇ ਤੁਹਾਡਾ ਮੋਬਾਈਲ ਨੰਬਰ ਜਾਂ ਈਮੇਲ ਰਾਹੀਂ ਤੁਹਾਡਾ অথেন্টিਕੇਸ਼ਨ ਹੋਵੇਗਾ ਹਰ ਵਾਰ ਹੋਵੇਗਾ ਜਦੋਂ ਵੀ ਤੁਸੀਂ ਚੈੱਕ ਕਰੋਗੇ ਲੌਗਇਨ ਕਰਨ ਤੋਂ ਬਾਅਦ ਏ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਡਾ ਨਈ ਅਕਾਊਂਟ ਬਣਿਆ ਤਾਂ ਤੁਹਾਨੂੰ ਇੱਥੇ ਜਨਰੇਟ ਕਰਨਾ ਪੈਂਦਾਗਾ ਨਵਾਂ ਅਕਾਊਂਟ ਜੇਕਰ ਤੁਹਾਡਾ ਬਣਿਆ ਤਾਂ ਇੱਥੇ ਤੁਸੀਂ ਜਦੋਂ ਲੌਗਇਨ ਹੋ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਵਿਊ ਬਿੱਲ ਚੈੱਕ ਕਰਦੇ ਹੋ ਤਾਂ ਉੱਥੇ ਹੁਣ ਜਿਹੜਾ ਲਾਜ਼ਮੀ ਕਰਤਾ অথਨਟੀਕੇਸ਼ਨ ਕਰਨਾ ਪਵੇਗਾ ਫੇਰ ਹੀ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ ਤੇ ਦੋ ਵੱਡੀਆਂ ਅਪਡੇਟ ਨੇ ਪੀਐਸਪੀਸੀਐਲ ਦੀਆਂ ਕਿ ਜੇਕਰ ਤੁਹਾਡਾ 20000 ਬਿੱਲ ਆਇਆ ਤਾਂ ਤੁਹਾਨੂੰ ਹੁਣ ਆਨਲਾਈਨ ਹੀ ਭਰਨਾ ਪਵੇਗਾ ਆਫਲਾਈਨ ਤੁਸੀਂ ਨਹੀਂ ਭਰ ਸਕਦੇ ਤਾਂ ਦੋਸਤੋ 23 ਮਈ 2022 ਤੋਂ ਬਾਅਦ ਪੁਰਾਣੇ ਬਿੱਲ ਚੈੱਕ ਨਹੀਂ ਕਰ ਸਕਦੇ ਪਹਿਲਾਂ view bill ਤੇ ਜਾ ਕੇ ਹਰ ਕੋਈ ਚੈੱਕ ਕਰ ਸਕਦਾ ਸੀ ਜੇਕਰ ਹੁਣ ਉਹਦੇ ਵਿੱਚ ਚੈੱਕ ਕਰਨਾ ਤਾਂ অথেন্টিਕੇਸ਼ਨ ਲਾਜ਼ਮੀ ਕਰ ਦਿੱਤਾ ਗਿਆ ਹੈ ਫਿਲਹਾਲ ਦੋਸਤੋ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਈ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ